ਬੁਖਾਰੀ ਸ਼ਰੀਫ ਅੰਦਰ ਇੱਕ ਵਾਕਿਆ ਹੈ, ਅੱਲਾ ਦੇ ਨਬੀ ਅਲੈ ਸਲਾਤੋ ਸਲਾਮ ਦਾ ਕਲਮਾ ਪੜ੍ਹਨੇ ਵਾਲੋ ਮੁਸਲਮਾਨੋ, ਮੇਰੇ ਨਬੀ ਨਾਲ ਪਿਆਰ ਕਰਨੇ ਵਾਲੋ, ਤਿੰਨ ਬੰਦੇ ਬੱਕਰੀਆਂ ਚਰਾ ਰਹੇ ਨੇ, ਬੱਕਰੀਆਂ ਚਰਾਉਂਦਿਆਂ ਚ ਅੱਲਾਹ ਅਕਬਰ, ਅੱਲਾ ਤਿੰਨ ਬੰਦੇ ਸਫ਼ਰ ਪੇ ਕਰਦੇ ਨੇ, ਬੁਖਾਰੀ ਦੀ ਰਵਾਇਤ ਹੈ। ਸਫ਼ਰ ਕਰਦਿਆਂ ਕਰਦਿਆਂ ਤੂਫਾਨ ਆ ਗਿਆ, ਬਾਰਿਸ਼ ਆ ਗਈ, ਮੀਂਹ ਆ ਗਿਆ, ਇੱਕ ਗਾਰ ਦੇ ਅੰਦਰ ਛੁੱਪ ਗਏ ਨੇ, ਅੱਲਾ ਦੀ ਤਰਫੋਂ ਅਦਮੈਸ਼ ਬਣਨ ਲੱਗੀ ਹੈ, ਪੱਥਰ ਆ ਗਿਆ, ਪੱਥਰ ਮੂੰਹ ਦੇ ਅੱਗੇ ਲੱਗ ਗਿਆ, ਇਤਨਾ ਵਜ਼ਨੀ ਪੱਥਰ ਹੈ, ਇਤਨਾ ਭਾਰਾ ਪੱਥਰ ਹੈ ਕਿ ਤਿੰਨ ਚਾਰ ਬੰਦੇ ਕੀ ਕਈ ਸੌ ਬੰਦੇ ਵੀ ਹੋਣ ਤੇ ਹਿਲਾ ਨਹੀਂ ਸਕਦੇ। ਹੁਣ ਤਿੰਨੇ ਆਪਣੀ ਮੌਤ ਦਾ ਇੰਤਜ਼ਾਰ ਕਰ ਰਹੇ ਨੇ। ਇਹਨਾਂ ਦੇ ਅੰਦਰ ਇੱਕ ਬੋਲਿਆ ਤੇ ਬੋਲ ਕੇ ਆਉਂਦਾ, ਬੇਲੀਓ ਕਿਉਂ ਨਾ ਹੋਵੇ, ਅੱਲਾ ਦੇ ਸਾਹਮਣੇ ਆਪਣੀਆਂ ਨੇਕੀਆਂ ਰੱਖੀਏ, ਅੱਲਾ ਦੇ ਸਾਹਮਣੇ ਆਪਣੇ ਅਮਾਲ ਦਾ ਵਸੀਲਾ ਪਾਈਏ, ਅਮਲਾਂ ਦਾ ਵਸੀਲਾ ਪਾਉਣਾ ਜਾਇਜ਼। ਅੱਲਾ ਹੋ ਅਕਬਰ, ਅੱਲਾ ਇੱਕ ਰੋ ਕੇ ਆਉਂਦਾ ਮਾਲਕਾ, ਤੂੰ ਜਾਣਨਾ ਜਿਹੜੀ ਗੱਲ ਮੈਂ ਕਰਨ ਲੱਗਾ ਸੱਚੀ ਏ। ਅੱਲਾ ਸੋਹਣਿਆ, ਮੈਂ ਬੱਕਰੀਆਂ ਚਰਾਉਣ ਵਾਲਾ ਮੈਂ ਬੱਕਰੀਆਂ ਚਰਾ ਕੇ ਜਦੋਂ ਆਉਣਾ ਸਾਂ, ਅੱਲਾ ਸਭ ਤੋਂ ਪਹਿਲੇ ਅੱਲਾ ਉਹਨਾਂ ਦਾ ਦੁੱਧ ਚੋ ਕੇ ਆਪਣੇ ਅੰਮੀ ਅੱਬੂ ਨੂੰ ਦੇਣਾ ਸਾਂ। ਮਾਲਕਾ, ਇੱਕ ਦਿਨ ਬੱਕਰੀਆਂ ਚਰਾਉਂਦਿਆਂ ਮੈਂ ਜੰਗਲ ਦੇ ਅੰਦਰ ਦੂਰ ਚਲਾ ਗਿਆ, ਜਦੋਂ ਮੈਂ ਘਰ ਆਇਆ ਵਾਂ ਮੇਰੇ ਅੰਮੀ ਅੱਬੂ ਸੌਂ ਗਏ ਨੇ ਲੇਕਿਨ ਮੈਂ ਆਪਣੇ ਮਾਂ ਬਾਪ ਦੇ ਅਦਬ ਅੰਦਰ, ਆਪਣੇ ਮਾਂ ਬਾਪ ਦੇ ਇਹਤਰਾਮ ਅੰਦਰ, ਆਪਣੇ ਮਾਂ ਬਾਪ ਦੇ ਪਿਆਰ ਅੰਦਰ, ਆਪਣੇ ਮਾਂ ਬਾਪ ਦੀ ਅਕੀਦਤ ਅੰਦਰ ਆਪਣੇ ਬੱਚਿਆਂ ਨੂੰ ਦੁੱਧ ਨਹੀਂ ਦਿੱਤਾ, ਆਪਣੀ ਬੀਵੀ ਨੂੰ ਦੁੱਧ ਨਹੀਂ ਦਿੱਤਾ। ਸਾਰੀ ਰਾਤ ਮੇਰੇ ਬੱਚੇ ਮੇਰੇ ਪੈਰਾਂ ਨਾਲ ਚਿਮੜ ਚਿਮੜ ਕੇ ਰੋਂਦੇ ਰਹੇ, ਅੱਬੂ ਬੜੀ ਭੁੱਖ ਲੱਗੀ ਹੈ, ਦੁੱਧ ਦੇ ਦਿਓ। ਅੱਲਾ, ਬੱਚੀਆਂ ਰੋਂਦੀਆਂ ਰਹੀਆਂ, ਲੇਕਿਨ ਮਾਲਕਾ ਮੈਂ ਆਪਣੇ ਬਾਪ ਦੇ ਅਦਬ ਅੰਦਰ, ਆਪਣੀ ਮਾਂ ਦੇ ਅਦਬ ਅੰਦਰ ਆਪਣੇ ਬੱਚਿਆਂ ਨੂੰ ਪਹਿਲੇ ਦੁੱਧ ਨਹੀਂ ਦਿੱਤਾ। ਮੇਰੇ ਮਾਂ ਪਿਓ ਦੀ ਅੱਖ ਖੁੱਲੀ ਹੈ, ਪਹਿਲੇ ਦੁੱਧ ਉਹਨਾਂ ਨੂੰ ਪਿਲਾਇਆ, ਫਿਰ ਆਪਣੇ ਬੱਚਿਆਂ ਨੂੰ ਪਿਲਾਇਆ। ਮੇਰੇ ਮਾਲਕਾ, ਅਗਰ ਤੈਨੂੰ ਮੇਰਾ ਅਮਲ ਪਸੰਦ ਆ ਗਿਆ, ਅੱਲਾ ਇਸ ਗਾਰ ਤੋਂ ਨਜਾਤ ਦੇ ਦੇ। ਰੱਬੇ ਕਾਇਨਾਤ ਦੀ ਕਸਮ ਏ, ਮਾਂ ਬਾਪ ਦੀ ਮੁਹੱਬਤ ਵਾਲੇ, ਮਾਂ ਬਾਪ ਦੇ ਪਿਆਰ ਵਾਲੇ, ਮਾਂ ਬਾਪ ਦੀ ਖਿਦਮਤ ਵਾਲੇ, ਅਮਲ ਦਾ ਵਸੀਲਾ ਪਾ ਕੇ ਇਸ ਬੰਦੇ ਨੇ ਦੁਆ ਕੀਤੀ ਏ, ਅੱਲਾ ਨੇ ਗਾਰ ਦੇ ਮੂੰਹ ਤੋਂ ਪੱਥਰ ਨੂੰ ਪਰਾਂ ਕਰ ਛੱਡਿਆ। ਉਹ ਆਸਮਾਨ ਤੂੰ ਡਿੱਗ ਕੇ ਨਹੀਂ ਮਰਦਾ, ਬੂਟਾ ਰਿਜ਼ਕ ਦਾ ਅਜੇ ਜਿੰਦਾ, ਹਰਿਆ ਹੋਵੇ